ਹੈਲੋ ਸਸ਼ਿਕਾ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਪੰਜਾਬ ਜੀਕੇ ਦੀ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਇਸ ਵੀਡੀਓ ਦੇ ਵਿੱਚ ਆਪਾਂ ਜ਼ਿਲ੍ਹਾ ਰੋਪੜ ਬਾਰੇ ਪੜਾਂਗੇ ਰੋਪੜ ਜਿਹਨੂੰ ਕਿ ਆਪਾਂ ਰੂਪਨਗਰ ਵੀ ਬੋਲਦੇ ਹਾਂ ਤਾਂ ਰੋਪੜ ਦੇ ਨਾਲ ਰਿਲੇਟਡ ਜਿੰਨੇ ਵੀ ਇੰਪੋਰਟੈਂਟ ਫੈਕਟ ਨੇ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਇੱਕ ਵੀ ਫੈਕਟ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਆਪਣੀਆਂ ਕਈ ਵੀਡੀਓ ਜੋ ਕਿ ਜ਼ਿਲ੍ਹਾ ਵਾਈਜ਼ ਨੇ ਜਿਨ੍ਹਾਂ ਦੇ ਵਿੱਚ ਆਪਾਂ ਅਲੱਗ-ਅਲੱਗ ਡਿਸਟ੍ਰਿਕਟ ਨੂੰ ਡਿਟੇਲ ਵਾਈਜ਼ ਕਵਰ ਕੀਤਾ ਤਾਂ ਉਹਨਾਂ ਦਾ ਲਿੰਕ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਣਾ ਤੁਸੀਂ ਜਾ ਕੇ ਦੇਖ ਲੈਣਾ ਆਦਰਵਾਇਜ਼ ਤੁਸੀਂ ਆਪਣੇ ਚੈਨਲ ਤੇ ਵਿਜ਼ਿਟ ਕਰੋ ਉੱਥੇ ਪਲੇਲਿਸਟ ਬਣੀਆਂ ਹੋਈਆਂ ਨੇ ਪੰਜਾਬ ਜੀ ਕੇ ਮਾਡਰਨ ਹਿਸਟਰੀ ਤੇ ਪੋਲੀਟੀ ਸੀਰੀਜ਼ ਵਾਈਜ਼ ਵੀਡੀਓ ਲੱਗੀਆਂ ਹੋਈਆਂ ਤਾਂ ਜਾ ਕੇ ਦੇਖ ਸਕਦੇ ਹੋ ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ ਠੀਕ ਹੈ ਜੀ ਤਾਂ ਅੱਜ ਦਾ ਜਿਹੜਾ ਆਪਣਾ ਜ਼ਿਲ੍ਹਾ ਰੋਪੜ ਬ ਠੀਕ ਹੈ ਜੀ ਇੱਕ ਇੱਕ ਪੁਆਇੰਟ ਇਹਦਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਥੋਂ ਬਹੁਤ ਕੁਐਸਚਨ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਰੋਪੜ ਜ਼ਿਲ੍ਹੇ ਦੇ ਵਿੱਚੋਂ ਬਹੁਤ ਇੰਪੋਰਟੈਂਟ ਜ਼ਿਲ੍ਹਾ ਹੈਗਾ ਇਹ ਤਾਂ ਅੱਜ ਦਾ ਜਿਹੜਾ ਆਪਣਾ ਜ਼ਿਲ੍ਹਾ ਉਹ ਆਪਾਂ ਸਟਾਰਟ ਕਰਦੇ ਆਂ ਅੱਜ ਦੀ ਪਹਿਲੀ ਸਲਾਈਡ ਤੋਂ ਸਲਾਈਡ ਨੂੰ ਦੇਖ ਕੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਜਿਹੜੇ ਆਪਣੇ ਐਮਸੀਕਿਊ ਨੇ ਉਹ ਥੋੜੇ ਜੇ ਤੋਂ ਹਟਕੇ ਹੁੰਦੇ ਨੇ ਉਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਕਵਰ ਕਰਦੇ ਆਂ ਠੀਕ ਹੈ ਜੀ ਤਾਂ ਸਲਾਈਡ ਵੀ ਪੜ੍ਹਨੀ ਇੰਪੋਰਟੈਂਟ ਹੈ ਤੇ ਸਲਾਈਡ ਦੇ ਨਾਲ-ਨਾਲ ਸਾਰੇ ਐਮਸੀਕਿਊ ਐਂਡ ਤੱਕ ਕਵਰ ਕਰਨੇ ਬਹੁਤ ਇੰਪੋਰਟ ਤਾਂ ਨੂੰ ਰੋਪੜ ਦਾ ਫਾਊਂਡਰ ਪੁੱਛ ਲਿਆ ਜਾਂਦਾ ਕਿ ਕੌਣ ਹੈ ਤਾਂ ਉਹ ਹੈ ਰਾਜਾ ਰੋਕੇਸ਼ਰ ਠੀਕ ਹੈ ਜੀ ਰਾਜਾ ਰੋਕੇਸ਼ਰ ਹੈ ਇਹਦਾ ਫਾਊਂਡਰ ਰੋਪੜ ਦਾ ਉਹਨੇ ਆਪਣੇ ਜਿਹੜਾ ਉਹਦਾ ਬੇਟਾ ਸੀ ਰੂਪਸੇਨ ਉਹਦਾ ਸੰ ਸੀਗਾ ਰੂਪਸੇਨ ਉਹਦੇ ਨਾਂ ਤੇ ਰੋਪੜ ਦਾ ਨਾਂ ਰੱਖਿਆ ਸੀ ਠੀਕ ਹੈ ਜੀ ਰਾਜਾ ਰੋਕੇਸ਼ਰ ਨੇ ਉਹਦੇ ਬੇਟੇ ਦੇ ਨਾਂ ਤੇ ਰੂਪਸੇਨ ਦੇ ਨਾਂ ਤੇ ਰੋਪੜ ਦਾ ਨਾਂ ਰੱਖਿਆ ਸੀ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਜੀ ਤਾਂ ਇਹਦਾ ਜਿਹੜਾ ਫਾਊਂਡਰ ਹੈ ਉਹ ਹੈ ਰਾਜਾ ਰੋਕੇਸ਼ਰ ਦੂਸਰਾ ਜਿਹੜਾ ਇਹਦਾ ਪੁਆਇੰਟ ਹੈ ਇਹ ਤੁਹਾਨੂੰ ਪੁੱਛ ਲਿਆ ਜਾਂਦਾ ਹੈ ਕਿ ਰੋਪੜਾ ਜਿਹੜਾ ਉਹ ਕਿਹੜੀ ਨਦੀ ਦੇ ਕਿਨਾਰੇ ਤੇ ਹੈ ਤਾਂ ਉਹ ਸਤਲੁਜ ਨਦੀ ਦੇ ਕਿਨਾਰੇ ਤੇ ਹੈ ਤੁਸੀਂ ਯਾਦ ਰੱਖਣਾ ਤੀਸਰਾ ਇਹਦੇ ਵਿੱਚ ਪੁੱਛ ਲਿਆ ਜਾਂਦਾ ਆਪਾਂ ਨੂੰ ਪੀਪਲ ਟਰੀ ਦੇ ਬਾਰੇ ਕਿ ਇੱਕ ਪੀਪਲ ਦਾ ਦਰਖਤ ਹੈ ਇਹੋ ਜਾਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਤੇ ਲਾਰਡ ਵਿਲੀਅਮ ਬੈਂਟਿਕ ਨੇ ਬੈਠ ਕੇ ਬਾਉਂਡਰੀ ਸੈੱਟ ਕੀਤੀ ਸੀ ਠੀਕ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸਾਈਡ ਉਹਨਾਂ ਨੇ ਆਪਣੇ ਵੱਲ ਲੈ ਲਈ ਸੀ ਕਿ ਇਹ ਸਾਈਡ ਸਾਡੀ ਹੈ ਤੇ ਇਹ ਸਾਈਡ ਅੰਗਰੇਜ਼ਾਂ ਦੀ ਹੈ ਠੀਕ ਹੈ ਜੀ ਤਾਂ ਉਹਨਾਂ ਨੇ ਇੱਥੇ ਬਾਉਂਡਰੀ ਸੈੱਟ ਕੀਤੀ ਸੀ ਸਤਲੁਜ ਨਦੀ ਨੂੰ ਐਜ਼ ਅ ਬਾਉਂਡਰੀ ਮੰਨਿਆ ਸੀਗਾ ਠੀਕ ਹੈ ਸਤਲੁਜ ਨੂੰ ਤਾਂ ਉੱਥੇ ਇੱਕ ਪੀਪਲ ਦਾ ਪੀਪਲ ਦਾ ਟਰੀ ਹੈਗਾ ਪੀਪਲ ਦਾ ਦਰਖਤ ਜਿਹਨੂੰ ਆਪਾਂ ਕਹਿੰਦੇ ਨੇ ਪੰਜਾਬੀ ਵਿੱਚ ਤਾਂ ਉਹ ਰੋਪੜ ਦੇ ਵਿੱਚ ਹੈ ਤੁਸੀਂ ਯਾਦ ਰੱਖਣਾ ਅਗਲਾ ਜਿਹੜਾ ਪੁਆਇੰਟ ਹੈ ਉਹ ਹੈ ਤਹਿਸੀਲ ਦਾ ਇਹਦੀਆਂ ਦੋ ਤਿੰਨ ਤਹਿਸੀਲ ਨੇ ਜਿਹੜੀਆਂ ਕਿ ਬਹੁਤ ਇੰਪੋਰਟੈਂਟ ਨੇ ਜਿਵੇਂ ਕਿ ਅਨੰਦਪੁਰ ਸਾਹਿਬ ਠੀਕ ਹੈ ਜੀ ਜਿੱਥੇ ਆਪਣੇ ਖਾਲਸਾ ਪੰਥ ਦੀ ਸਾਜਨਾ ਹੋਈ ਹੈ ਆਪਾਂ ਜਾਣਦੇ ਹਾਂ ਆਪਣੇ ਸਿੱਖਾਂ ਨਾਲ ਸੰਬੰਧਿਤ ਬਹੁਤ ਫੇਮਸ ਸ਼ਹਿਰ ਹੈ ਅਨੰਦਪੁਰ ਸਾਹਿਬ ਠੀਕ ਹੈ ਜੀ ਅਗਲਾ ਹੈਗਾ ਆਪਣਾ ਚਮਕੌਰ ਸਾਹਿਬ ਇਹਦੇ ਵਿੱਚ ਆਪਾਂ ਜਿਹੜੇ ਡਿਟੇਲ ਦੇ ਵਿੱਚ ਐਮਸੀਕਿਊ ਕਵਰ ਕਰੇ ਨੇ ਉਹ ਤੁਸੀਂ ਐਂਡ ਤੱਕ ਦੇਖਣੇ ਆ ਜਿਹੜੇ ਕਿ ਇਹਨਾਂ ਨਾਲ ਰਿਲੇਟਡ ਨੇ ਅਨੰਦਪੁਰ ਸਾਹਿਬ ਨਾਲ ਚਮਕੌਰ ਸਾਹਿਬ ਨਾਲ ਠੀਕ ਹੈ ਜੀ ਤਾਂ ਐਮਸੀਕਿਊ ਆਪਣੇ ਐਂਡ ਤੱਕ ਦੇਖਣੇ ਆ ਇੱਕ ਇੱਥੇ ਨੰਗਲ ਤਹਿਸੀਲ ਹੈ ਇਹ ਵੀ ਬਹੁਤ ਫੇਮਸ ਹੈ ਠੀਕ ਹੈ ਜੀ ਅਗਲਾ ਇੱਥੇ ਇੱਕ ਟਾਊਨ ਹੈਗਾ ਕੀਰਤਪੁਰ ਸਾਹਿਬ ਇਹ ਵੀ ਬਹੁਤ ਫੇਮਸ ਹੈ ਆਪਣੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਇਹਨਾਂ ਨੂੰ ਇਹਨੂੰ ਫਾਊਂਡ ਕੀਤਾ ਸੀ ਠੀਕ ਹੈ ਕੀਰਤਪੁਰ ਸਾਹਿਬ ਨੂੰ ਇਹ ਤੁਸੀਂ ਯਾਦ ਰੱਖਣਾ ਰੋਪੜ ਸਿਟੀ ਜਿਹੜੀ ਫੇਮਸ ਹੈ ਉਹ ਇੰਡਸ ਵੈਲੀ ਸਿਵਲਾਈਜੇਸ਼ਨ ਕਰਕੇ ਵੀ ਬਹੁਤ ਫੇਮਸ ਹੈ ਠੀਕ ਹੈ ਕਿਉਂਕਿ ਇੱਥੇ ਕਈ ਪਿੰਡ ਨੇ ਜਿਨ੍ਹਾਂ ਦੇ ਵਿੱਚੋਂ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਨਾਲ ਸੰਬੰਧਿਤ ਸਬੂਤ ਮਿਲੇ ਨੇ ਇੱਥੇ ਖੁਦਾਈ ਹੋਈ ਹੈ ਤਾਂ ਇਹਦੀ ਜਿਹੜੀ ਖੁਦਾਈ ਕਰਵਾਈ ਹੈ ਐਗਜ਼ੀਵੇਸ਼ਨ ਕਰਵਾਈ ਹੈ ਉਹ ਕਰਵਾਈ ਹੈ ਵਾਈ ਡੀ ਸ਼ਰਮਾ ਨੇ ਯਗਦਤ ਸ਼ਰਮਾ ਇਹਨਾਂ ਦਾ ਪੂਰਾ ਨਾਂ ਹੈਗਾ ਠੀਕ ਹੈ ਤਾਂ ਇਹ ਇਹਦੀ ਖੁਦਾਈ ਕਰਵਾਈ ਸੀ ਇੱਥੇ ਬਹੁਤ ਸਾਰੇ ਪਿੰਡ ਮਿਲੇ ਨੇ ਜਿਹੜੇ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਨਾਲ ਸੰਬੰਧਿਤ ਪਿੰਡ ਨੇ ਠੀਕ ਹੈ ਜੇ ਤੁਸੀਂ ਯਾਦ ਰੱਖਣਾ ਤਾਂ ਕਰਕੇ ਇਹ ਜਿਹੜਾ ਸ਼ਹਿਰ ਇਹ ਬਹੁਤ ਇੰਪੋਰਟੈਂਟ ਬਣ ਜਾਂਦਾ ਆਪਣੇ ਲਈ ਇੱਕ ਇੱਥੇ ਥਰਮਲ ਪਲਾਂਟ ਹੈ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਹੈ ਠੀਕ ਹੈ ਐਜ਼ ਇਟ ਇਜ਼ ਇਹਦਾ ਨਾਮ ਯਾਦ ਰੱਖਣਾ ਕਿਉਂਕਿ ਆਪਾਂ ਨੂੰ ਥਰਮਲ ਪਲਾਂਟ ਦੇ ਵਿੱਚੋਂ ਵੀ ਬਹੁਤ ਸਾਰੇ ਐਮਸੀਕਿਊ ਆ ਜਿਹੜੇ ਉਹ ਦੇਖਣ ਨੂੰ ਮਿਲ ਜਾਂਦੇ ਨੇ ਠੀਕ ਹੈ ਜੀ ਤਾਂ ਆਪਾਂ ਸਟਾਰਟ ਕਰਦੇ ਹਾਂ ਆਪਣਾ ਪਹਿਲਾ ਕੁਐਸਚਨ ਹੈ ਜਿਹੜਾ ਵਿਰਾਸਤ ਏ ਖਾਲਸਾ ਦਾ ਡਿਜ਼ਾਈਨ ਕਿਸ ਨੇ ਤਿਆ ਕਿ ਜਿਹੜੇ ਤੁਹਾਨੂੰ ਪੇਪਰਾਂ ਦੇ ਵਿੱਚ ਆਉਣ ਦੀ ਪੂਰੀ ਪੂਰੀ ਸੰਭਾਵਨਾ ਠੀਕ ਹੈ ਜੀ ਥੋੜੇ ਜਿਮੈਂ ਡੀਪਲੀ ਸੈੱਟ ਕਰਦਾ ਹੁਣ ਕਿਉਂਕਿ ਈਜ਼ੀਲੀ ਕੁਐਸਚਨ ਮੋਸਟਲੀ ਸਾਰਿਆਂ ਨੂੰ ਆਉਂਦੀ ਹੁੰਦੇ ਨੇ ਠੀਕ ਹੈ ਵਿਰਾਸਤ ਤੇ ਖਾਲਸਾ ਬਾਰੇ ਆਪਾਂ ਸਾਰੇ ਜਾਣਦੇ ਆ ਸਾਰੇ ਉੱਥੇ ਗਏ ਹੋਏ ਨੇ ਠੀਕ ਹੈ ਸਾਰੇ ਸਾਰਿਆਂ ਨੇ ਇਹ ਦੇਖਿਆ ਹੋਇਆ ਵਿਰਾਸਤ ਤੇ ਖਾਲਸਾ ਠੀਕ ਹੈ ਜੀ ਤਾਂ ਜੇ ਆਪਾਂ ਇਹ ਪੁੱਛਾਂਗੇ ਕਿ ਵਿਰਾਸਤ ਤੇ ਖਾਲਸਾ ਕਿੱਥੇ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਅਨੰਦਪੁਰ ਸਾਹਿਬ ਦੇ ਵਿੱਚ ਹੈ ਠੀਕ ਹੈ ਜੀ ਬਟ ਥੋੜੇ ਜਿਹੀ ਡੀਪਲੀ ਆਉਂਦੇ ਨੇ ਕੁਐਸਚਨ ਹੁਣ ਠੀਕ ਹੈ ਹੂ ਵਾਸ ਦੀ ਆਰਕੀਟੈਕਚਰ ਆਫ ਵਿਰਾਸਤ ਦੇ ਖਾਲਸਾ ਵਿਰਾਸਤ ਦੇ ਖਾਲਸਾ ਦਾ ਜਿਹੜਾ ਆਰਕੀਟੈਕਚਰ ਹੈ ਉਹ ਕਿਹਨੇ ਤਿਆਰ ਕੀਤਾ ਸੀ ਇਹ ਤੁਹਾਨੂੰ ਪੁੱਛਿਆ ਜਾਂਦਾ ਠੀਕ ਹੈ ਜੀ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਮਿਸਟਰ ਮੋਸ਼ੇ ਸਫੋਦੀ ਲੀ ਕਾਰਬੋਜ਼ੀਅਰ ਵਿਲੀਅਮ ਮੋਸ਼ੇ ਜਾਂ ਨਨ ਆਫ ਦੀ ਅਬ ਤਾ ਇਸ ਕੁਐਸਚਨ ਦਾ ਜਿਹੜਾ ਆਨਸਰ ਆਨਸਰ ਨੰਬਰ 1 ਮਿਸਟਰ ਮੋਸ਼ੇ ਸਫੋਦੀ ਠੀਕ ਹੈ ਜੀ ਤੁਸੀਂ ਨਾਮ ਇਹਦਾ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ ਦੂਸਰੇ ਨੰਬਰ ਤੇ ਮੈਂ ਲੀ ਕਾਰਬੂਜ਼ੀਰ ਰੱਖਿਆ ਹੋਇਆ ਹੈ ਲੀ ਕਾਰਬੂਜ਼ੀਰ ਤੁਹਾਨੂੰ ਪਤਾ ਹੀ ਹੈ ਜਿਨੇ ਕਿ ਚੰਡੀਗੜ੍ਹ ਦਾ ਡਿਜ਼ਾਈਨ ਤਿਆਰ ਕੀਤਾ ਸੀ ਲੀ ਕਾਰਬੂਜ਼ੀਰ ਨੇ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਹੈ ਤਾਂ ਮਿਸਟਰ ਮੋਸ਼ੇ ਸੈਫਤੀ ਦੂਸਰਾ ਜਿਹੜਾ ਆਪਣਾ ਕੁਐਸਚਨ ਹੈ ਪਾਖੜਾ ਡੈਮ ਕਿਹੜੀ ਨਦੀ ਦੇ ਉੱਪਰ ਬਣਿਆ ਹੋਇਆ ਤਾਂ ਇਹ ਆਪਾਂ ਨੂੰ ਪਤਾ ਹੀ ਹੈ ਕਿ ਸਤਲੁਜ ਦੇ ਉੱਤੇ ਬਣਿਆ ਹੋਇਆ ਠੀਕ ਹੈ ਪਾਖੜਾ ਪਾਖੜਾ ਡੈਮ ਤੇ ਨੰਗਲ ਡੈਮ ਹਨਾ ਨੰਗਲ ਇਹਦੀ ਤਹਿਸੀਲ ਹੈ ਕਿਹੜੇ ਜ਼ਿਲ੍ਹੇ ਦੀ ਰੋਪੜ ਜ਼ਿਲ੍ਹੇ ਦੀ ਠੀਕ ਹੈ ਤਾਂ ਕਰਕੇ ਮੈਂ ਇਹ ਰੱਖੇ ਹੋਏ ਨੇ ਜਿਹੜਾ ਪਾਖੜਾ ਡੈਮ ਹੈ ਉਹ ਪਾਖੜਾ ਡੈਮ ਤੇ ਨੰਗਲ ਡੈਮ ਨੇੜੇ-ਨੇੜੇ ਨੇ ਮਤਲਬ ਠੀਕ ਹੈ ਤੇ ਤੁਸੀਂ ਯਾਦ ਰੱਖਣਾ ਤੇ ਸਤਲੁਜ ਨਦੀ ਦੇ ਕਿਨਾਰੇ ਤੇ ਹੈ ਠੀਕ ਹੈ ਜੀ ਅਗਲਾ ਜਿਹੜਾ ਆਪਣਾ ਕੁਸ਼ਨ ਹੈ ਇਹਨਾਂ ਵਿੱਚੋਂ ਅਨੰਦਪੁਰ ਸਾਹਿਬ ਵਿੱਚ ਕਿਹੜਾ ਗੁਰਦੁਆਰਾ ਸਾਹਿਬ ਪੰਜ ਤਖਤ ਵਿੱਚੋਂ ਇੱਕ ਇੱਕ ਤਖਤ ਹੈ ਠੀਕ ਹੈ ਕਿਉਂਕਿ ਉੱਥੇ ਮਤਲਬ ਜਿਹੜੇ ਗੁਰਦੁਆਰੇ ਨੇ ਅਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਦੇ ਨਾਮ ਇੱਕੋ ਜਿਹੇ ਨੇ ਠੀਕ ਹੈ ਉੱਥੇ ਆਪਾਂ ਨੂੰ ਆਪਾਂ ਕਨਫਿਊਜ਼ ਹੋ ਜਾਂਦੇ ਕਿ ਇਹਨਾਂ ਚੋਂ ਤਖਤ ਕਿਹੜਾ ਆਪਣਾ ਵਿੱਚ ਆਫ ਦੀ ਫੋਲੋਇੰਗ ਗੁਰਦੁਆਰਾ ਇਜ਼ ਆਊਟ ਆਫ ਦੀ 5 ਤਖਤ ਇਨ ਆਨੰਦਪੁਰ ਲੋਗੜ ਸਾਹਿਬ ਆਨੰਦਗੜ੍ਹ ਸਾਹਿਬ ਕੇਸ਼ਗੜ੍ਹ ਸਾਹਿਬ ਜੀ ਆਲ ਆਫ ਦੀ ਅਬਵ ਠੀਕ ਹੈ ਤਾਂ ਇਹ ਤੁਹਾਨੂੰ ਪਤਾ ਹੋਣਾ ਇਹ ਕੁਸ਼ਚਨ ਬਹੁਤ ਵਾਰ ਆਇਆ ਹੋਇਆ ਪਹਿਲਾਂ ਪੁੱਛਿਆ ਹੋਇਆ ਕੁਸ਼ਚਨ ਹੈ ਠੀਕ ਹੈ ਤਾਂ ਇਹ ਤੇ ਇਹ ਕਨਫਿਊਜ਼ ਕਰਨ ਦੇ ਲਈ ਹੈ ਠੀਕ ਹੈ ਆਪਾਂ ਨੂੰ ਤਾਂ ਆਪਾਂ ਨੂੰ ਪੰਜ ਤਖਤ ਆਪਣੇ ਜੇ ਆਪਾਂ ਨੂੰ ਯਾਦ ਨੇ ਤਾਂ ਆਪਾਂ इजीली ਆਪਾਂ ਇਹਨੂੰ ਟਿਕ ਕਰ ਸਕਦੇ ਹਾਂ ਤਾਂ ਇਸ ਕੁਸ਼ਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਕੇਸ਼ਗੜ੍ਹ ਸਾਹਿਬ ਠੀਕ ਹੈ ਜੀ ਤਖਤ ਸ਼੍ਰੀ ਕੇਸ਼ਗੜ੍ਹ ਸਾਹਿਬ ਠੀਕ ਹੈ ਆਨੰਦਪੁਰ ਸਾਹਿਬ ਦੇ ਵਿੱਚ ਹੈ ਜਿਹੜਾ ਠੀਕ ਹੈ ਆਨੰਦਪੁਰ ਸਾਹਿਬ ਤਹਿਸੀਲ ਹੈ ਜ਼ਿਲ੍ਹਾ ਤਾਂ ਜੇਕਰ ਕੋਈ ਰਿਲੀਜੀਅਸ ਫੈਕਟ ਆਪਾਂ ਤੋਂ ਮਤਲਬ ਰਹਿ ਗਿਆ ਹੋਵੇ ਤਾਂ ਉਹ ਆਪਾਂ ਜਿਹੜੀਆਂ ਰਿਲੀਜੀਅਸ ਵੀਡੀਓ ਅਪਲੋਡ ਕਰਾਂਗੇ ਠੀਕ ਹੈ ਆਪਣੇ ਸਿੱਖ ਧਰਮ ਦੇ ਨਾਲ ਰਿਲੇਟਡ ਤਾਂ ਉਹਦੇ ਵਿੱਚ ਆਪਾਂ ਸਾਰਾ ਕੁਝ ਕਵਰ ਕਰ ਲਾਂਗੇ ਫਿਲਹਾਲ ਆਪਾਂ ਰੋਪੜ ਜ਼ਿਲ੍ਹਾ ਕਵਰ ਕਰ ਰਹੇ ਹਾਂ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਅਗਲਾ ਜਿਹੜਾ ਆਪਣਾ ਕੁਸ਼ਨ ਹੈ ਇਨ੍ਹਾਂ ਵਿੱਚੋਂ ਕਿਹੜਾ ਜ਼ਿਲ੍ਹਾ ਸਿੰਧੂ ਘਾਟੀ ਸਭਿਅਤਾ ਨਾਲ ਸੰਬੰਧਿਤ ਹੈ ਵਿੱਚ ਆਫ ਦੀ ਫੋਲੋਇੰਗ ਡਿਸਟ੍ਰਿਕ ਰਿਲੇਟਡ ਟੂ ਇੰਡਸ ਵੈਲੀ ਸਿਵਲਾਈਜੇਸ਼ਨ ਰੋਪੜ ਅੰਮ੍ਰਿਤਸਰ ਪਟਿਆਲਾ ਜਾਂ ਸੰਗਰੂਰ ਤਾਂ ਮੈਂ ਤੁਹਾਨੂੰ ਪਹਿਲਾਂ 슬라이ਡ ਦੇ ਵਿੱਚ ਹੀ ਦੱਸ ਕੇ ਗਿਆ ਕਿ ਇਹ ਆਪਾਂ ਜਿਹੜਾ ਜ਼ਿਲ੍ਹਾ ਇਹ ਜ਼ਿਆਦਾਤਰ ਫੇਮਸ ਤਾਂ ਕਰਕੇ ਵੀ ਹੈ ਕਿਉਂਕਿ ਇਹ ਇੰਡਸ ਵੈਲੀ ਸਿਵਲਾਈਜੇਸ਼ਨ ਨਾਲ ਸੰਬੰਧਿਤ ਹੈ ਤਾਂ ਇਹ ਹੈਗਾ ਜ਼ਿਲ੍ਹਾ ਰੋਪੜ ਠੀਕ ਹੈ ਰੋਪੜ ਦੇ ਵਿੱਚ ਮੈਂ نیچے ਜਿਹੜੇ ਮੈਂਸ਼ਨ ਕੀਤੇ ਨੇ ਪਿੰਡ ਠੀਕ ਹੈ ਮੈਂ ਤੁਹਾਨੂੰ ਤਾਂ ਹੀ ਕਰਾ ਰਿਹਾ ਮਤਲਬ ਮੈਂ ਤੁਹਾਨੂੰ ਜਿੰਨਾ ਡੀਪਲੀ ਹੋ ਸਕੇ ਓਨਾ ਡੀਪਲੀ ਕਰਵਾ ਰਿਹਾ ਇਹ ਤੋਂ ਬਾਹਰ ਜੇ ਤੁਹਾਨੂੰ ਰੋਪੜ ਦੇ ਵਿੱਚੋਂ ਕੁਐਸਚਨ ਆਉਂਦਾ ਤਾਂ ਰੋਪੜ ਦੇ ਵਿੱਚੋਂ ਇਸ ਤੋਂ ਬਾਹਰ ਇੱਕ ਵੀ ਕੁਐਸਚਨ ਤੁਹਾਨੂੰ ਨਹੀਂ ਆਊਗਾ ਠੀਕ ਹੈ ਜੀ ਤਾਂ ਇਹ ਦੇਖੋ ਮੈਂ ਇੱਥੇ نیچے ਪਿੰਡ ਵੀ ਮੈਂਸ਼ਨ ਕਰਤੇ ਜਿੱਥੇ ਜਿਹੜੇ-ਜਿਹੜੇ ਜਿਵੇਂ ਕਿ ਧੀਰਮਾਜਰਾ 12 ਜਾਂ ਕੋਟਲਾ ਨਿਹੰਗ ਖਾਂ ਠੀਕ ਹੈ ਇਹ ਰੋਪੜ ਦੇ ਪਿੰਡ ਨੇ ਜਿੱਥੇ ਕਿ ਖੁਦਾਈ ਚੱਲ ਰਹੀ ਹੈ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਤਾਂ ਇਹ ਤੋਂ ਡੀਪਲੀ ਨਹੀਂ ਆ ਸਕਦਾ ਕਿਸੇ ਵੀ ਪੇਪਰ ਦੇ ਵਿੱਚ ਠੀਕ ਹੈ ਤਾਂ ਐਂਡ ਤੱਕ एमसीक्यू ਕਵਰ ਕਰਿਆ ਕਰੋ ਇੱਕ ਵੀ एमसीक्यू ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ ਠੀਕ ਹੈ ਜੀ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਗੁਰਦੁਆਰਾ ਸ਼ਹੀਦ ਗੰਜ ਕਿੱਥੇ ਸਥਿਤ ਹੈ ਵੇਅਰ ਇਜ਼ ਗੁਰਦੁਆਰਾ ਸ਼ਹੀਦ ਗੰਜ ਸਿਟਿਊਏਟਿਡ ਬਹੁਤ ਹੀ ਫੇਮਸ ਗੁਰਦੁਆਰਾ ਸਾਹਿਬ ਹੈ ਇਹ ਠੀਕ ਹੈ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਇਹ ਆਪਾਂ ਨੂੰ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਠੀਕ ਹੈ ਜੀ ਤਾਂ ਇਹ ਜਿਹੜੀ ਵੀਡੀਓ ਹੈ ਇਹ ਸਿਰਫ ਮੇਨ ਐਗਜ਼ਾਮ ਲਈ ਨਹੀਂ ਤੁਹਾਡਾ ਜਿਹੜਾ ਪਹਿਲਾ ਪੇਪਰ ਹੋਣਾ ਪੰਜਾਬੀ ਦਾ ਕੁਆਲੀਫਾਈਇੰਗ ਨੇਚਰ ਉਹਦੇ ਵਿੱਚ ਵੀ ਤੁਹਾਨੂੰ ਇਹਦੇ ਵਿੱਚੋਂ ਕੁਐਸਚਨ ਦੇਖਣ ਨੂੰ ਮਿਲ ਸਕਦੇ ਨੇ ਠੀਕ ਹੈ ਜੀ ਤਾਂ ਤੁਹਾਡੇ ਕੋਲ ਚਾਰ ਆਪਸ਼ਨ ਨੇ ਕੀਰਤਪੁਰ ਸਾਹਿਬ ਚਮਕੌਰ ਸਾਹਿਬ ਨੰਗਲ ਜਾਂ ਅਨੰਦਪੁਰ ਸਾਹਿਬ ਸ਼ਹੀਦ ਗੰਜ ਗੁਰਦੁਆਰਾ ਬਹੁਤ ਫੇਮਸ ਗੁਰਦੁਆਰਾ ਹੈ ਠੀਕ ਹੈ ਜੀ ਤਾਂ ਇਹਦਾ ਜਿਹੜਾ ਆਨਸਰ ਹੈ ਆਨਸਰ ਨੰਬਰ 2 ਚਮਕੌਰ ਸਾਹਿਬ ਵਿਖੇ ਠੀਕ ਹੈ ਤਾਂ ਆਪਾਂ ਪੜ੍ਹਦੇ ਹਾਂ ਕਿ ਜਿਹੜੀ ਚਮਕੌਰ ਦੀ ਗੜੀ ਠੀਕ ਹੈ ਤਾਂ ਚਮਕੌਰ ਚਮਕੌਰ ਸਾਹਿਬ ਵਿਖੇ ਜਿਹੜੀ ਲੜਾਈ ਹੋਈ ਸੀ ਮੁਗਲਾਂ ਨਾਲ ਸਿੱਖਾਂ ਦੀ ਉੱਥੇ ਜਿਹਦੇ ਵਿੱਚ ਆਪਣੇ ਜਿਹੜੇ ਵੱਡੇ ਸਹਬਜ਼ਾਦੇ ਸੀਗੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਠੀਕ ਹੈ ਉਹ ਮਤਲਬ ਉਹ ਇੱਥੇ ਸ਼ਹੀਦੀ ਨੂੰ ਪ੍ਰਾਪਤ ਹੋ ਗਏ ਸੀ ਚਮਕੌਰ ਸਾਹਿਬ ਵਿਖੇ ਠੀਕ ਹੈ ਤੁਸੀਂ ਯਾਦ ਰੱਖਣਾ ਬਹੁਤ ਫੇਮਸ ਸ਼ਹਿਰ ਹੈ ਠੀਕ ਹੈ ਇਹ ਕਿਹੇ ਸਰਹੰਦ ਕਨਾਲ ਦੇ ਜਿਹੜੀ ਸਰਹੰਦ ਆਪਣੀ ਨਹਿਰ ਹੈਗੀ ਸਰਹੰਦ ਨਹਿਰ ਠੀਕ ਹੈ ਉਹਦੇ ਬੈਂਕ ਤੇ ਸਥਿਤ ਹੈ ਉਹਦੇ ਕਿਨਾਰੇ ਤੇ ਸਥਿਤ ਹੈ ਠੀਕ ਹੈ ਇਹ ਜਿਹੜਾ ਸ਼ਹਿਰ ਹੈ ਚਮਕੌਰ ਸਾਹਿਬ ਠੀਕ ਹੈ ਸਰਹੰਦ ਕਨਾਲ ਦੇ ਤਾਂ ਜਿਹੜਾ ਗੁਰਦੁਆਰਾ ਸ਼ਹੀਦਗੰਜ ਹੈ ਇਹ ਚਮਕੌਰ ਸਾਹਿਬ ਵਿਖੇ ਜਿਹੜਾ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਇੱਥੇ ਲੜਦੇ ਲੜਦੇ ਸ਼ਹੀਦ ਹੋ ਗਏ ਸੀਗੇ ਠੀਕ ਹੈ ਜਦੋਂ ਮੁਗਲਾਂ ਨਾਲ ਲੜਾਈ ਹੋਈ ਸੀ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਬਹੁਤ ਫੇਮਸ ਹੈ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਅਨੰਦਪੁਰ ਸਾਹਿਬ ਦੀ ਸਥਾਪਨਾ ਕਿਸ ਗੁਰੂ ਜੀ ਨੇ ਕੀਤੀ ਠੀਕ ਹੈ ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਤਾਂ ਵੈਸੇ ਆਪਾਂ ਇਹ ਜਿਹੜੇ ਰਿਲੀਜੀਅਸ ਕੁਐਸਚਨ ਨੇ ਆਪਾਂ ਅੱਗੇ ਵੀ ਕਵਰ ਕਰਾਂਗੇ ਜਿਹੜੀਆਂ ਆਪਣੀਆਂ ਸਿੱਖ ਧਰਮ ਦੇ ਨਾਲ ਰਿਲੇਟਡ ਵੀਡੀਓ ਆਉਣਗੀਆਂ ਠੀਕ ਹੈ ਜੀ ਤਾਂ ਵਿਚ ਆਫ ਦੀ ਫੋਲੋਇੰਗ ਗੁਰੂ ਜੀ ਐਸਟੈਬਲਿਸ਼ਡ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਗੁਰੂ ਤੇਗ ਬਹਾਦਰ ਜੀ ਗੁਰੂ ਅਮਰਦਾਸ ਜੀ ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਨਸਰ ਨੰਬਰ 3 ਗੁਰੂ ਤੇਗ ਬਹਾਦਰ ਜੀ ਨੇ ਇਹਨੂੰ ਫਾਊਂਡ ਕੀਤਾ ਸੀ ਤੇ ਇਹਦਾ ਜਿਹੜਾ ਪੁਰਾਣਾ ਨਾਮ ਹੈ ਉਹ ਵੀ ਪੁੱਛ ਲਿਆ ਜਾਂਦਾ ਕਿ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਹੈ ਉਹ ਚੱਕ ਨਾਨਕੀ ਠੀਕ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਗੁਰੂ ਤੇਗ ਬਹਾਦਰ ਜੀ ਨੇ ਇਹਨੂੰ ਫਾਊਂਡ ਕੀਤਾ ਸੀ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਗੁਰਦੁਆਰਾ ਪਤਾਲਪੁਰੀ ਕਿੱਥੇ ਸਥਿਤ ਹੈ ਇਹ ਉਹ ਫੈਕਟ ਨੇ ਜਿਹੜੇ ਤੁਹਾਨੂੰ ਰੋਪੜ ਜ਼ਿਲ੍ਹੇ ਦੇ ਵਿੱਚੋਂ ਪੁੱਛੇ ਜਾ ਸਕਦੇ ਨੇ ਬਹੁਤ ਇੰਪੋਰਟੈਂਟ ਫੈਕਟ ਨੇ ਠੀਕ ਹੈ ਜੀ ਕੱਲਾ ਕੱਲਾ ਫੈਕਟਰ ਤੁਸੀਂ ਕਵਰ ਕਰਨਾ ਹੈ ਕੱਲਾ ਕੱਲਾ ਕੁਐਸਚਨ ਤੁਸੀਂ ਕਵਰ ਕਰਨਾ ਹੈ ਠੀਕ ਹੈ ਜੀ ਨਾਲ-ਨਾਲ ਆਪਣੇ ਨੋਟਸ ਵੀ ਬਣਾਓ ਜਿਹਦੇ ਨਾਲ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲ ਸਕੇ ਤਾਂ ਗੁਰਦੁਆਰਾ ਪਤਾਲਪੁਰੀ ਵੇਰ ਇਜ਼ ਗੁਰਦੁਆਰਾ ਪਤਾਲਪੁਰੀ ਸਿਟਿਊਏਟਿਡ ਬਹੁਤ ਇਥੇ ਆਪਾਂ ਆਪਾਂ ਜਾਣਦੇ ਵੀ ਆਂ ਠੀਕ ਹੈ ਆਪਾਂ ਮਤਲਬ ਜਿਹੜੇ ਸਿੱਖ ਧਰਮ ਦੇ ਨਾਲ ਰਿਲੇਟਡ ਨੇ ਠੀਕ ਹੈ ਤਾਂ ਉਹ ਆਪਾਂ ਇਥੇ ਅਸਥੀਆਂ ਲੈ ਕੇ ਜਾਂਦੇ ਹਣਾ ਅਸਥੀਆਂ ਜਲ ਪ੍ਰਵਾਹ ਕਰਨ ਦੇ ਲਈ ਜਾਂਦੇ ਆ ਤਾਂ ਕੀਰਤਪੁਰ ਸਾਹਿਬ ਅੰਮ੍ਰਿਤਸਰ ਪਟਿਆਲਾ ਜਾਂ ਸੰਗਰੂਰ ਠੀਕ ਹੈ ਇਹ ਵੀ ਬਹੁਤ ਫੇਮਸ ਗੁਰਦੁਆਰਾ ਹੈ ਠੀਕ ਹੈ ਤਾਂ ਇਹ ਇਹਦਾ ਜਿਹੜਾ ਆਨਸਰ ਆਨਸਰ ਨੰਬਰ 1 ਕੀਰਤਪੁਰ ਸਾਹਿਬ ਠੀਕ ਹੈ ਜੀ ਤਾਂ ਗੁਰਦੁਆਰਾ ਪਤਾਲਪੁਰੀ ਇਹ ਐਗਜ਼ੈਕਟ ਕੁਐਸਚਨ ਵੀ ਤੁਹਾਨੂੰ ਆ ਸਕਦਾ ਹੈਗਾ ਪੇਪਰ ਦੇ ਵਿੱਚ ਤਈ ਆਪਾਂ ਨੂੰ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਜਿਹੜਾ ਕੀਰਤਪੁਰ ਸਾਹਿਬ ਹੈ ਡਿਸਟ੍ਰਿਕਟ ਰੋਪੜ ਦੇ ਵਿੱਚ ਪੈਂਦਾ ਤੇ ਕੀਰਤਪੁਰ ਸਾਹਿਬ ਦੇ ਫਾਊਂਡਰ ਵੀ ਮੈਂ ਨੀਚੇ ਦੱਸਿਆ ਹੋਇਆ ਹੈ ਸ੍ਰੀ ਗੁਰੂ ਹਰਗੋਬਿੰਦ ਜੀ ਆਪਣੇ 6ਵੇਂ ਗੁਰੂ ਠੀਕ ਹੈ ਜੀ ਇਹ ਤੁਸੀਂ ਯਾਦ ਰੱਖਣਾ ਆਪਾਂ ਇੱਕ ਕੁਐਸਚਨ ਹੀ ਕਵਰ ਕਰਦੇ ਇੱਕ ਕੁਐਸਚਨ ਦੇ ਨਾਲ ਤਿੰਨ ਤਿੰਨ ਚਾਰ ਚਾਰ ਕੁਐਸਚਨ ਕਵਰ ਕਰਦੇ ਹਾਂ ਠੀਕ ਹੈ ਜੀ ਤਾਂ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਖਾਲਸਾ ਪੰਥ ਦੀ ਸਾਜਨਾ ਕਿੱਥੇ ਕੀਤੀ ਗਈ ਵਿਅਰਡਡ ਖਾਲਸਾ ਪੰਥ ਫਾਊਂਡ ਅਨੰਦਪੁਰ ਸਾਹਿਬ ਅੰਮ੍ਰਿਤਸਰ ਪਟਿਆਲਾ ਜਾਂ ਸੰਗਰੂਰ ਇਹ ਆਪਾਂ ਜਾਣਦੇ ਹਾਂ ਠੀਕ ਹੈ ਤਾਂ ਮੈਂ ਇਹ ਕੁਸ਼ਣ ਤਾਂ ਰੱਖਦਾ ਹੁਣਾਂ ਕਿ ਇਹਦੇ ਨਾਲ ਨਾਲ ਤੁਹਾਨੂੰ ਖਾਲਸਾ ਪੰਥ ਦੇ ਨਾਲ ਰਿਲੇਟਡ ਜਿੰਨੇ ਵੀ ਫੈਕਟਰ ਨੇ ਉਹ ਵੀ ਕਲੀਅਰ ਕਰਵਾ ਸਕਾਂ ਠੀਕ ਹੈ ਤਾਂ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਅਨੰਦਪੁਰ ਸਾਹਿਬ ਵਿਖੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਠੀਕ ਹੈ ਬਟ ਇਹਦੇ ਨਾਲ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਦੋਂ ਹੋਈ 13 April 1699 ਈਸਵੀ ਨੂੰ ਹੋਈ ਕਿਹਨੇ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਤੇ ਹਾਂ ਇਹ ਪੁੱਛ ਲਿਆ ਜਾਂਦਾ ਕਿ ਕਿਹੜੇ ਤਖਤ ਮਤਲਬ ਗੁਰਦੁਆਰਾ ਸਾਹਿਬ ਦਾ ਨਾਮ ਪੁੱਛ ਲਿਆ ਜਾਂਦਾ ਤਾਂ ਜਿਹੜਾ ਆਪਣਾ ਤਖਤ ਹੈ ਤਖਤ ਸ੍ਰੀ ਕੇਸ਼ਗੜ੍ਹ ਸਾਹਿਬ ਉੱਥੇ ਕੀਤੀ ਸੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਇਹ ਐਗਜ਼ੈਕਟ ਪੁੱਛ ਲਿਆ ਜਾਂਦਾ ਅਗਲਾ ਜਿਹੜਾ ਆਪਣਾ ਕੁਐਸਚਨ ਹੈ ਹੋਲਾ ਮਹੱਲਾ ਕਿੱਥੇ ਮਨਾਇਆ ਜਾਂਦਾ ਹੈ ਬਹੁਤ ਫੇਮਸ ਤਿਉਹਾਰ ਹੈ ਵੇਅਰ ਇਜ਼ ਹੋਲਾ ਮਹੱਲਾ ਸੈਲੀਬ੍ਰੇਟਡ ਆਪਣੇ ਸਿੱਖ ਧਰਮ ਨਾਲ ਸੰਬੰਧਿਤ ਤਿਉਹਾਰ ਹੈ ਅਨੰਦਪੁਰ ਸਾਹਿਬ ਅੰਮ੍ਰਿਤਸਰ ਪਟਿਆਲਾ ਸੰਗਰੂਰ ਬਹੁਤ ਫੇਮਸ ਹੈ ਇਹ ਹੋਲਾ ਮਹੱਲਾ ਅਨੰਦਪੁਰ ਸਾਹਿਬ ਦਾ ਠੀਕ ਹੈ ਇਹ ਆਪਾਂ ਜਾਣਨੇ ਆ ਤਾਂ ਇਹ ਨੈਕਸਟ ਡੇ ਆਫਟਰ ਹੋਲੀ ਇਹ ਵੀ ਪੁੱਛ ਲਿਆ ਜਾਂਦਾ ਕਿ ਕਦੋਂ ਮਨਾਇਆ ਜਾਂਦਾ ਹੈ ਹੋਲੀ ਤੋਂ ਅਗਲੇ ਦਿਨ ਹੀ ਆਪਣਾ ਹੋਲਾ ਮਹੱਲਾ ਹੁੰਦਾ ਠੀਕ ਹੈ ਜੀ ਅ ਅਗਲਾ ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ ਉਹ ਹੈ ਗੁਰੂ ਗੋਬਿੰਦ ਸਿੰਘ ਜੀ ਸੁਪਰ ਥਰਮਲ ਪਲਾਂਟ ਕਿੱਥੇ ਹੈ ਇਹ ਐਗਜ਼ੈਕਟ ਕੁਐਸਚਨ ਤੁਹਾਨੂੰ ਆ ਸਕਦਾ ਹੈ ਰੋਪੜ ਅੰਮ੍ਰਿਤਸਰ ਪਟਿਆਲਾ ਜਾਂ ਸੰਗਰੂਰ ਤਾਂ ਇਹ ਰੋਪੜ ਦੇ ਵਿੱਚ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਜੀ ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹ ਸਾਰਾ ਕੰਪਲੀਟ ਹੋ ਗਿਆ ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ ਠੀਕ ਹੈ ਸਾਰੇ ਕੁਐਸਚਨ ਨੂੰ ਡਿਟੇਲ ਦੇ ਵਿੱਚ ਪੜੋ ਆਪਣੇ ਨੋਟਸ ਖੁਦ ਬਣਾਓ ਠੀਕ ਹੈ ਜੀ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰੋ ਤਾਂ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਅ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਬਹੁਤ ਵਧੀਆ-ਵਧੀਆ ਕੰਟੈਂਟ ਤੁਹਾਡੇ ਲਈ ਔਨ ਦੀ ਵੇ ਹੈ ਤੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ